ਮੈਂ ਵਾਅਦਾ ਤੁਹਾਨੂੰ ਸਾਰਿਆਂ ਨੂੰ ਕਰਦਾ, ਅੱਜ ਇਹਦੇ ਜ਼ਿਆਦਾ ਲੰਬੀ ਜੀਭ ਲੱਗੀ ਹੈ ਇੱਕ ਕੈਂਡੀਡੇਟ ਦੇ ਜਿਹੜਾ ਦੁਆਬੇ 'ਚੋਂ ਆਇਆ। ਪਹਿਲਾਂ ਵੀ ਆ ਕੇ ਬਠਿੰਡਿਓਂ ਇਲੈਕਸ਼ਨ ਲੜਿਆ ਸੀ 5 ਸਾਲ ਪਹਿਲਾਂ, ਅਤੇ ਦੁਬਾਰਾ ਬਠਿੰਡੇ ਵੱਲ ਮੂੰਹ ਨਹੀਂ ਕੀਤਾ 5 ਸਾਲ 'ਚ ਇੱਕ ਵਾਰੀ ਵੀ ਜੇ ਗਿਆ ਹੋਵੇ। ਪਰ ਇਹ ਭਰਾਵੋ, ਮੈਂ ਤੁਹਾਡੇ ਸਿਰ 'ਤੇ ਇਹ ਵਾਅਦਾ ਕਰਦਾ, ਸੰਗਰੂਰ ਹੀ ਹੈ ਕਿ ਇਹਦੀ ਐਸੀ ਮੰਜੀ ਠੋਕਣਗੇ ਇਹਦੀਆਂ 7 ਪੁਸ਼ਤਾਂ ਨੇ ਵੀ ਬਰਨਾਲੇ ਵੱਲ ਸੰਗਰੂਰ ਵੱਲ ਮੂੰਹ ਨਹੀਂ ਕਰਨਾ। ਅਤੇ ਇਲੈਕਸ਼ਨ ਆਪਾਂ ਇਕੱਲੀ ਜਿੱਤਣੀ ਨਹੀਂ, ਇਹ ਗੋਡੀਆਂ ਲਵਾ ਕੇ ਘੱਟੋ ਘੱਟ 2 ਲੱਖ ਵੋਟਾਂ ਤੋਂ ਜਿੱਤਣੀ ਹੈ। ਬੜੇ ਮਸਲੇ ਇੱਦਾਂ ਦੇ ਜਿਹੜੇ ਕੇਂਦਰ ਤੋਂ ਹੱਲ ਹੋਣੇ ਆ, ਬੜੇ ਪ੍ਰੋਜੈਕਟ ਇੱਦਾਂ ਦੇ ਜਿਹੜੇ ਕੇਂਦਰ ਤੋਂ ਆ ਸਕਦੇ ਆ, ਅਤੇ ਤੁਹਾਨੂੰ ਤੁਹਾਡੇ ਭਰਾ ਦੀ ਹਿੰਮਤ ਦਾ ਪਤਾ। ਨਾ ਆਪਾਂ ਕਦੇ ਭਾਈ ਰੈਸਟ ਕੀਤੀ ਆ, ਨਾ ਘੋਲ ਕੀਤੀ ਆ, ਰੋਜ਼ 14-14, 15-15 ਘੰਟੇ ਕੰਮ ਕਰਨ ਵਾਲੇ ਬੰਦੇ ਹਾਂ, ਅਤੇ ਆਉਣ ਵਾਲੇ ਸਮੇਂ 'ਚ ਵੀ ਕਰਾਂਗੇ। ਕੇਰਾਂ ਬਸ ਪਰਮਾਤਮਾ ਉੱਤੇ ਹੱਥ ਪਵਾ ਦੇ, ਸਰਕਾਰ 'ਚ ਬਿਠਾ ਦੇ, ਫਿਰ ਨਜ਼ਾਰਾ ਕੀ ਆਉਂਦਾ ਸੰਗਰੂਰ ਵਾਲਿਆਂ ਨੂੰ, ਬਰਨਾਲੇ ਵਾਲਿਆਂ ਨੂੰ, ਮੈਂ ਦਿਖਾਊਂਗਾ ਵੀ ਭਾਈ ਕੇਂਦਰ ਆ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮੁਬਾਰਕਬਾਦ। ਅਤੇ ਇੱਕ ਮੈਂ ਵਾਅਦਾ ਤੁਹਾਨੂੰ ਸਾਰਿਆਂ ਨੂੰ ਕਰਦਾ, ਅੱਜ ਇਹਦੇ ਜ਼ਿਆਦਾ ਲੰਬੀ ਜੀਭ ਲੱਗੀ ਹੈ ਇੱਕ ਕੈਂਡੀਡੇਟ ਦੇ ਜਿਹੜਾ ਦੁਆਬੇ 'ਚੋਂ ਆਇਆ। ਪਹਿਲਾਂ ਵੀ ਆ ਕੇ ਬਠਿੰਡਿਓਂ ਇਲੈਕਸ਼ਨ ਲੜਿਆ ਸੀ 5 ਸਾਲ ਪਹਿਲਾਂ, ਅਤੇ ਦੁਬਾਰਾ ਬਠਿੰਡੇ ਵੱਲ ਮੂੰਹ ਨਹੀਂ ਕੀਤਾ 5 ਸਾਲ 'ਚ ਇੱਕ ਵਾਰੀ ਵੀ ਜੇ ਗਿਆ ਹੋਵੇ, ਅਤੇ ਹੁਣ ਆ ਕੇ ਸੰਗਰੂਰ ਤੋਂ ਲੜ ਰਿਹਾ। ਪਤਾ ਨਹੀਂ ਇਹ ਮਾਲਵੇ 'ਚ ਇਹਨੂੰ ਦੁਬਾਰਾ ਕਿਹੜੀ ਚੀਜ਼ ਹੈ ਜਿਹੜੀ ਖਿੱਚ ਕੇ ਲੈ ਕੇ ਆਉਂਦੀ ਹੈ। ਪਰ ਇਹ ਭਰਾਵੋ, ਮੈਂ ਤੁਹਾਡੇ ਸਿਰ 'ਤੇ ਇਹ ਵਾਅਦਾ ਕਰਦਾ, ਸੰਗਰੂਰ ਹੀ ਹੈ ਕਿ ਇਹਦੀ ਐਸੀ ਮੰਜੀ ਠੋਕਣਗੇ ਇਹਦੀਆਂ 7 ਪੁਸ਼ਤਾਂ ਨੇ ਵੀ ਬਰਨਾਲੇ ਵੱਲ ਸੰਗਰੂਰ ਵੱਲ ਮੂੰਹ ਨਹੀਂ ਕਰਨਾ। ਅਤੇ ਕਹਿ ਮੈਂ ਤੁਹਾਡੇ ਸਿਰ 'ਤੇ ਰਿਹਾ, ਮੀਤ ਮਿਹਨਤ ਕਰਨ ਨੂੰ ਤੁਹਾਨੂੰ ਪਤਾ ਮੈਂ ਸਵੇਰੇ ਲੱਗ ਜਾਂਦਾ ਅਤੇ ਰਾਤ ਨੂੰ 1 ਵਜੇ ਘਰੇ ਪੜ੍ਹਦਾ। ਮਿਹਨਤ ਕਰਨ ਵੱਲੋਂ ਮੈਂ ਪਿੱਛੇ ਨਹੀਂ ਹਟਦਾ, ਪਰ ਤੁਸੀਂ ਮੇਰਾ ਸਾਥ ਦਿਓ। ਅਤੇ ਇਲੈਕਸ਼ਨ ਆਪਾਂ ਇਕੱਲੀ ਜਿੱਤਣੀ ਨਹੀਂ, ਇਹ ਗੋਡੀਆਂ ਲਵਾ ਕੇ ਘੱਟੋ ਘੱਟ 2 ਲੱਖ ਵੋਟਾਂ ਤੋਂ ਜਿੱਤਣੀ ਹੈ। ਸੋ ਮੈਂ ਅਖੀਰ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ, ਬਹੁਤ ਧੰਨਵਾਦ ਕਰਦਾ। ਅਤੇ ਮੇਰੇ ਤੋਂ ਪਤਾ ਨਹੀਂ ਇਹ ਦਫ਼ਤਰ 'ਚ ਹੁਣ 15-20 ਦਿਨ ਗੇੜਾ ਲੱਗੂਗਾ ਕਿ ਨਹੀਂ ਲੱਗੂਗਾ, ਕਿਉਂਕਿ ਇਲਾਕਾ ਬਹੁਤ ਵੱਡਾ, ਸਿਰਫ 17 ਦਿਨ ਰਹਿ ਗਏ, 2-2 ਦਿਨ ਸਾਰੇ ਹਲਕਿਆਂ ਨੂੰ ਦਿੱਤੇ ਹੋਏ ਆ। ਹੁਣ ਸਾਰੇ ਜਣੇ ਮੀਤ ਬਣ ਕੇ ਜੇ ਕੋਈ ਕਿਸੇ ਦਾ ਗਿਲਾ ਸ਼ਿਕਵਾ ਹੈਗਾ ਵੀ ਹੈ ਤਾਂ ਉਹ ਗਿਲੇ ਸ਼ਿਕਵੇ ਛੱਡ ਕੇ ਮੈਂ ਆਪਣਾ, ਮੈਂ ਤਾਂ ਇੱਥੇ ਹੀ ਰਹਿਣਾ, ਬੈਠ 'ਚੋਂ ਵੀ ਬੈਠ ਕੇ ਹੱਲ ਕਰ ਲਾਂਗੇ। ਪਰ ਸਾਰਿਆਂ ਨੇ ਆ 17 ਦਿਨ ਦਿਨ ਰਾਤ ਇੱਕ ਕਰ ਦੇਣਾ, ਅਤੇ ਬਰਨਾਲੇ ਦਾ ਰਿਕਾਰਡ ਜਿਹੜਾ ਤੁਸੀਂ ਮੈਨੂੰ ਪਿਛਲੀ ਵਾਰੀ 38,000 ਵੋਟਾਂ 'ਤੇ ਜਿਤਾਇਆ ਸੀ, ਉਹ ਰਿਕਾਰਡ ਵੀ ਆਪਾਂ ਤੋੜਨਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।